ਜਲੰਧਰ ਦੇ ਫੋਕਲ ਪੁਆਇੰਟ ਵਿਖੇ ਬੀਤੀ ਰਾਤ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਕਾਰ ਸਵਾਰ ਨਵਵਿਆਹੇ ਜੋੜੇ ਦੀ ਮੌਤ ਹੋ ਗਈ, ਜਦਕਿ ਕਾਰ ਵਿੱਚ ਹੀ ਸਵਾਰ ਇੱਕ ਬਜ਼ੁਰਗ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਹਿਚਾਣ ਗਗਨਦੀਪ ਸਿੰਘ ਅਤੇ ਗੁਰਕਿਰਨਦੀਪ ਕੌਰ ਵਾਸੀ ਲੁਧਿਆਣਾ ਵਜੋਂ ਹੋਈ ਹੈ, ਜਦਕਿ ਜ਼ਖਮੀ ਦੀ ਪਹਿਚਾਣ ਕੁਲਵੰਤ ਕੌਰ ਵਜੋਂ ਹੋਈ ਹੈ, ਜੋ ਕਿ ਮ੍ਰਿਤਕ ਦੀ ਮਾਤਾ ਹੈ। ਹਾਦਸੇ ਦਾ ਕਾਰਨ ਤੇਜ਼ ਰਫ਼ਤਾਰ ਕਾਰ ਦੇ ਆਵਾਰਾ ਜਾਨਵਰ ਦੇ ਨਾਲ ਟਕਰਾਉਣਾ ਮੰਨਿਆ ਜਾ ਰਿਹਾ ਹੈ, ਕਿਉਂਕਿ ਘਟਨਾ ਵਾਲੀ ਥਾਂ 'ਤੇ ਇੱਕ ਛੋਟਾ ਕੱਟਾ ਵੀ ਮਰਿਆ ਪਿਆ ਮਿਲਿਆ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੇ ਸ਼ਿਕਾਰ ਵਾਹਨ ਨੂੰ ਇੱਕ ਪਾਸੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਕੀਤਾ। ਵੀਰਾ ਆਪਣੀ ਸਾਹਮਣੇ ਫੈਕਟਰੀ ਆਈ ਹੈ, 3 ਫੈਕਟਰੀਆਂ ਆਪਣੀਆਂ ਆ। ਮੈਂ ਸਹੀਪੁਰ, ਵੱਡਾ ਸਹੀਪੁਰ ਦੇ ਰਹਿਣ ਵਾਲਾ ਹਾਂ ਭਾਜੀ। ਸ਼ੋਭ ਜੀ, ਜਿੱਦਾਂ ਕਿ ਹੁਣ ਤੁਹਾਡੇ ਸਹੀਪੁਰ ਦੇ ਬਾਹਰ ਹੀ ਇੱਕ ਭਿਆਨਕ ਹਾਦਸਾ ਵਾਪਰਿਆ, ਇਹਦਾ ਕਾਰਨ ਕੀ ਹੈਗਾ? ਕਾਰਨ ਭਾਜੀ ਇਹ ਜਿਹੜੀਆਂ ਲਾਈਟਾਂ ਬੰਦ ਹੈ ਕਿ ਹਾਈਵੇ 'ਤੇ ਲਾਈਟਾਂ ਬੰਦ ਆ, ਦੂਸਰਾ ਇੱਕ ਜਿਹੜਾ ਇਹਨਾਂ ਨੇ ਗਊਸ਼ਾਲਾ ਬਣਾਈਆਂ ਹੈਗੀਆਂ, ਗਊਸ਼ਾਲਾ ਬਣਾਉਣ ਦੇ ਕਾਰਨ ਵੀ ਜਿਹੜੇ ਕੱਟੇ ਬੱਚੇ ਆ ਇੱਥੇ ਘੁੰਮਦੇ ਪਏ ਆ, ਉਹਨਾਂ ਦੇ ਕਾਰਨ ਨਿੱਤ ਆਏ ਦਿਨ ਹਾਈਵੇ 'ਤੇ ਐਕਸੀਡੈਂਟ ਹੁੰਦੇ ਆ, ਔਰ ਹਾਈਵੇ 'ਤੇ ਤਾਂ ਐਕਸੀਡੈਂਟ ਹੁੰਦੇ ਹੀ ਹੁੰਦੇ ਆ ਜਿਹੜੇ। ਅਤੇ ਦੂਸਰੀ ਗੱਲ ਹੈ ਜਿਹੜਾ ਹਾਈਵੇ 'ਤੇ ਨਾਲ ਨਾਲ ਜਿਹੜਾ ਸਰਵਿਸ ਰੋਡ ਆ, ਉੱਥੇ ਸ਼ਾਮ ਨੂੰ ਜਦੋਂ 5 ਵਜੇ ਸਾਹਮਣੇ ਫੋਕਲ ਪੁਆਇੰਟ ਆ, ਉਸ ਤੋਂ 5 ਵਜੇ ਜਦੋਂ ਬੰਦੇ ਨਿਕਲਦੇ ਆ ਤਾਂ ਕੋਈ ਗਾਵਾਂ ਮੱਝਾਂ ਜਿਹੜੀਆਂ ਇਹ ਲੜਦੀਆਂ ਆਪਸ ਵਿੱਚ, ਜਿਹੜੇ ਝੋਟੇ ਝੋਟੇ ਆ ਲੜਦੇ ਆ, ਉਹਦਾ ਕਰਕੇ ਉਹਨਾਂ ਨੂੰ ਵੀ ਕਾਫੀ ਨੁਕਸਾਨ ਹੁੰਦਾ ਆ। ਅੱਜ ਤਕਰੀਬਨ 1 ਵਜੇ ਦੇ ਟਾਈਮ ਨਾਲ ਮੈਂ ਫੈਕਟਰੀ ਤੋਂ ਘਰ ਰੋਟੀ ਖਾਣ ਜਾ ਰਿਹਾ ਸੀਗਾ, ਅਸੀਂ ਦੇਖਿਆ ਸਾਹਮਣੇ ਸਾਡੇ ਡਾਕਟਰ ਬੀ ਆਰ ਅੰਬੇਡਕਰ ਪਾਰਕ ਆ, ਉਹਦੀ ਦੀਵਾਰ ਢਾਹ ਤੀ ਉਹਨਾਂ ਨੇ, ਉਹਦਾ ਕਾਫੀ ਨੁਕਸਾਨ ਹੋਇਆ, ਔਰ ਉਹ ਦੀਵਾਰ ਦਾ ਅਸੀਂ ਹੁਣ ਦੂਸਰਾ ਕਰਨਾ ਹੈਗਾ, ਜੋ ਵੀ ਉਹਨੂੰ ਕੰਪਲੀਟ ਕਰਾਂਗੇ। ਅਤੇ ਸ਼ਾਮੀ ਮੈਂ ਰੋਟੀ ਖਾ ਕੇ ਆ ਰਿਹਾ। ਅੱਜ ਜੋ ਇੱਥੇ ਹਾਦਸਾ ਹੋਇਆ ਉਸ ਬਾਰੇ ਦੱਸੋ ਵੀ, ਜਿਹੜਾ ਰਾਤ ਨੂੰ ਹਾਦਸਾ ਹੋਇਆ ਕਿਸ ਤਰ੍ਹਾਂ? ਇਹ ਰਾਤ ਨੂੰ ਜਿਹੜਾ ਹਾਦਸਾ ਹੋਇਆ ਆ ਭਾਜੀ, ਇਹ ਆ ਜਿਹੜੇ ਬੱਚੇ ਸੀਗੇ, 2 ਬੱਚੇ ਸੀਗੇ, ਇਹ ਅੰਮ੍ਰਿਤਸਰ ਵਾਲੀ ਸਾਈਡ ਤੋਂ ਆ ਰਹੇ ਸੀਗੇ ਬੰਦੇ, ਉਹਨਾਂ ਦੀ ਕਾਰ ਦੇ ਵਿੱਚ ਵੱਜੇ ਆ, ਔਰ ਦੂਸਰੀ ਸਾਈਡ 'ਤੇ ਜਿਹੜੀ PAP ਤੋਂ ਸਾਈਡ ਆ ਰਹੀ ਸੀਗੀ, ਅਤੇ ਉੱਧਰ ਆ ਕੇ ਇਹ ਗੱਡੀ ਦਾ ਐਕਸੀਡੈਂਟ ਹੋਇਆ। ਇਹਦੇ ਵਿੱਚ 2 ਲੇਡੀਜ਼ ਸੀਗੇ, 1 ਜੈਂਟ ਸੀਗੇ, ਉਹਨਾਂ ਦੇ ਕਾਫੀ ਸੱਟਾਂ ਲੱਗੀਆਂ। ਹੁਣ ਸਾਨੂੰ ਸੁਣਨ ਦੇ ਵਿੱਚ ਆਇਆ ਕਿ ਉਹ 2 ਲੇਡੀਜ਼ ਜਿਹੜੀ ਹੈਗੀ ਉਹ ਗੰਭੀਰ ਆ, ਪਤਾ ਨਹੀਂ ਹੁਣ ਉਹਨਾਂ ਦਾ ਕੀ ਹੋਇਆ ਜਾਂ ਕੋਈ ਨਹੀਂ। ਮੈਂ ਥੋੜ੍ਹਾ ਲੇਟ ਉੱਪਰ ਹਾਈਵੇ ਦੇ ਉੱਪਰ ਲੇਟ ਪਹੁੰਚਿਆ, ਅਸੀਂ ਥੱਲੇ ਦੇਖਦੇ ਪਏ ਸੀਗੇ। ਕਿੰਨੇ ਸਾਲ ਤੋਂ ਇੱਥੇ ਰਹਿ ਰਹੇ ਹੋ? ਭਾਜੀ ਮੇਰਾ 85 ਦਾ ਬਰਥ ਆ, 1985 ਦਾ ਅਸੀਂ ਇੱਥੇ ਹੀ ਰਹਿ ਰਹੇ ਹਾਂ। ਇਹ ਲਾਈਟਾਂ ਕਦੋਂ ਤੋਂ ਬੰਦ ਹੈ? ਭਾਜੀ ਇਹ 2-3 ਦਿਨ ਜਗਦੀਆਂ, 2-3 ਦਿਨ ਬੰਦ ਹੋ ਜਾਂਦੀਆਂ, 2-3 ਦਿਨ ਜਗਦੀਆਂ, 2-3 ਦਿਨ ਬੰਦ ਹੋ ਜਾਂਦੀਆਂ। ਕਦੀ ਤੁਸੀਂ ਕਾਰਪੋਰੇਸ਼ਨ ਇਸ ਬਾਰੇ ਗੱਲ ਨਹੀਂ ਕੀਤੀ? ਭਾਜੀ ਕਾਰਪੋਰੇਸ਼ਨ ਦੇ ਵਿੱਚ ਗੱਲ ਕਰਨ ਦਾ ਫਾਇਦਾ ਤਾਂ ਜਾਂ ਸਾਡੀ ਕੋਈ ਸੁਣਵਾਈ ਹੋਵੇ ਤਾਂ, ਸਾਡੇ ਤਾਂ ਮਹੱਲੇ ਦੇ ਵਿੱਚ ਲਾਈਟਾਂ ਨਹੀਂ ਜਗਦੀਆਂ ਤਾਂ ਅਸੀਂ ਕਾਰਪੋਰੇਸ਼ਨ ਨੂੰ ਕੀ ਕਹਿਣਾ? ਕਾਰਪੋਰੇਸ਼ਨ ਵਾਲੇ ਦੇ ਉੱਥੇ ਕੁਛ ਵੀ ਨਹੀਂ ਕਰਦੇ ਹੈਗੇ, ਉਹ ਤਾਂ ਕੂੜਾ ਨਹੀਂ ਚੱਕਦੇ, ਉਹ ਲਾਈਟਾਂ ਉਹਨੇ ਹਾਈਵੇ 'ਤੇ ਕੀ ਕਰਨੀਆਂ? ਉਹ ਕਹਿੰਦੇ ਜੀ ਨੈਸ਼ਨਲ ਹਾਈਵੇ ਦਾ ਕੰਮ ਆ, ਇਸ ਕਰਕੇ ਅਸੀਂ ਕਿਸੇ ਨੂੰ ਕੁਛ ਕਹਿ ਹੀ ਨਹੀਂ ਸਕਦੇ ਜੀ। ਹਾਂ ਸਰ, ਕੀ ਮਾਮਲਾ ਕੀ ਹੈਗਾ? ਮਾਮਲਾ ਇਹ ਗੱਡੀ ਆ ਰਹੀ ਸੀ ਲੁਧਿਆਣੇ ਤੋਂ ਅੰਮ੍ਰਿਤਸਰ ਜਾਣੀ ਸੀ ਤਾਂ ਇਹ ਮੁਹਰੇ ਬੱਚਾ ਆ ਗਿਆ ਤਾਂ ਉਹਦੇ ਨਾਲ ਐਕਸੀਡੈਂਟ ਹੋ ਗਿਆ ਜੀ। ਸਰ, ਕੀ ਗੱਡੀ ਦਾ ਨੰਬਰ ਕੀ ਹੈਗਾ ਅਤੇ ਹਾਦਸਾ ਕਿਸ ਕਾਰਨ ਹੋਇਆ? ਹਾਦਸਾ ਜਿਹੜਾ ਹੋਇਆ ਜੀ, ਮੁਹਰੇ ਬੱਚਾ ਆ ਗਿਆ, ਸੜਕ 'ਤੇ ਜਿਹੜੇ ਅਵਾਰਾ ਤੁਰੇ ਫਿਰਦੇ ਸੀ ਉਹਦੇ ਕਾਰਨ ਹੋਇਆ। ਸਰ, ਗੱਡੀ ਦੇ ਵਿੱਚ ਕਿੰਨੇ ਮੈਂਬਰ ਮੌਜੂਦ ਸੀਗੇ ਅਤੇ ਉਹਨਾਂ ਦੇ ਹਾਲਾਤ ਕੀ ਇਸ ਟਾਈਮ? ਗੱਡੀ ਦੇ ਵਿੱਚ 3 ਮੈਂਬਰ ਸੀਗੇ, ਇੱਕ ਤੀਵੀਂ ਆਦਮੀ ਸੀਗੇ ਪਤਨੀ, ਅਤੇ ਉਹਨਾਂ ਦੋਨਾਂ ਦੀ ਡੈਥ ਹੋ ਗਈ ਆ, ਇੱਕ ਮਾਤਾ ਸੀ ਨਾਲ, ਉਹ ਸੀਰੀਅਸ ਆ ਜੀ। ਸਰ, ਤੁਸੀਂ ਮੌਕੇ 'ਤੇ ਦੇਖਿਆ ਕਿ ਇਹ ਪੂਰਾ ਹਾਦਸਾ ਕਿਸ ਤਰ੍ਹਾਂ ਵਾਪਰਿਆ, ਉੱਥੋਂ ਆਉਣ ਜਾਣ ਵਾਲੇ ਕਿਸੇ ਨੇ ਦੱਸਿਆ ਹੋਵੇ? ਹਾਂਜੀ, ਇਹੀ ਦੱਸਿਆ ਵੀ ਮੇਰੇ ਬੱਚਾ ਸਗਾ ਗਿਆ, ਉਹਦੇ ਕਰਕੇ ਗੱਡੀ ਘੁੰਮ ਕੇ ਅਤੇ ਪਿੱਲਰ ਜਿਹੇ ਵਿੱਚ ਵੱਜ ਗਈ। ਸਰ, ਇਹਨਾਂ ਚੀਜ਼ਾਂ ਦਾ ਕੀ ਹੱਲ ਕੀ ਹੈ? ਤੁਸੀਂ ਵੀ ਰੋਜ਼ ਦੇਖਦੇ ਹੋ ਕਿ ਏਸੀ ਸੜਕ 'ਤੇ ਰੋਜ਼ ਇਸ ਤਰ੍ਹਾਂ ਐਕਸੀਡੈਂਟ ਹੁੰਦੇ ਆ, ਕਿ ਥਾਣੇ ਵੱਲੋਂ ਇੱਦਾਂ ਦੀ ਚੀਜ਼ ਲਿਖ ਕੇ ਨਹੀਂ ਭੇਜੀ ਜਾਂਦੀ ਕਾਰਪੋਰੇਸ਼ਨ ਨੂੰ ਕਿ ਇਹ ਗਾਵਾਂ ਬੱਚੇ ਜੋ ਬਾਹਰ ਘੁੰਮਦੇ ਇਹਨਾਂ ਨੂੰ ਫੜਿਆ ਜਾਵੇ? ਇਹ ਲਿਖ ਕੇ ਭੇਜੀ ਦੀ ਆ, ਫੇਰ ਕੱਢਣ ਫਿਰ ਆ ਜਾਂਦੇ ਸੁਬਾਹ ਨੂੰ। ਨਹੀਂ, ਮਤਲਬ ਤੁਹਾਡਾ ਕਹਿਣਾ ਆ ਕਿ ਜੇ ਥਾਣੇ ਵੱਲੋਂ ਲਿਖ ਕੇ ਜਾਂਦਾ ਆ ਅਤੇ ਉਸ ਚੀਜ਼ 'ਤੇ ਉਹ ਕੋਈ ਕਾਰਵਾਈ ਨਹੀਂ ਕਰਦੇ? ਕਾਰਵਾਈ ਕਰਦੇ ਆ, ਫਿਰ ਆ ਜਾਂਦੇ ਖੇਤਾਂ ਦੇ ਵਿੱਚ, ਨਾਲ ਖੇਤ ਪੈਂਦੇ ਖੇਤਾਂ ਦੇ ਵਿੱਚ ਆ ਜਾਂਦੇ ਅੰਦਰ ਆ ਜਾਂਦੇ। ਸਰ, ਉੱਥੇ ਇੱਕ ਹੋਰ ਵੀ ਚੀਜ਼ ਦੇਖਣ ਨੂੰ ਮਿਲੀ ਆ, ਜੋ ਉੱਪਰ ਸਟਰੀਟ ਲਾਈਟਾਂ ਪੂਰੇ ਰੋਡ 'ਤੇ ਲੱਗੀਆਂ, ਉਹ ਕਾਫੀ ਲੰਬੇ ਸਮੇਂ ਤੋਂ ਬੰਦ ਪਈਆਂ, ਕੀ ਉਸ ਦੇ ਬਾਰੇ ਵੀ ਕਰੀ ਤੁਸੀਂ ਇਤਲਾਹ ਦਿੱਤੀ ਹੈ ਕਾਰਪੋਰੇਸ਼ਨ ਨੂੰ ਵੀ ਇੱਥੇ ਇੱਦਾਂ ਰੋਜ਼ ਹਾਦਸੇ ਹੁੰਦੇ ਆ ਅਤੇ ਇਹ ਗਲਤ ਹੋ ਰਿਹਾ? ਹਾਂਜੀ, ਦਿੰਦੇ ਰਹੀਦਾ ਟਾਈਮ ਨਾਲ, ਦਿੰਦੇ ਰਹੀਦਾ ਲਿਖ ਕੇ ਜੋ ਠੀਕ ਕੀਤਾ ਜਾਵੇ। ਪਰ ਸਰ, ਇਹ ਫਿਰ ਚੱਲਦੀਆਂ ਕਿਉਂ ਨਹੀਂ, ਇਹ ਚੀਜ਼ ਕਿਉਂ ਨਹੀਂ ਪੋਸੀਬਲ ਹੁੰਦੀ? ਇਹ ਤਾਂ ਉਹਨਾਂ ਨੂੰ ਪੁੱਛਿਆ ਜਾਵੇ ਕਿਉਂ ਨਹੀਂ, ਮਤਲਬ ਲਿਖ ਕੇ ਭੇਜ ਦਿੰਦੇ। ਤੁਸੀਂ ਜਦੋਂ ਲਿਖ ਕੇ ਭੇਜਦੇ ਉਹਨਾਂ ਦਾ ਕੀ ਕਹਿਣਾ ਹੁੰਦਾ? ਉਹ ਕਹਿੰਦੇ ਠੀਕ ਕਰਵਾਉਂਦੇ ਜੀ। ਅਤੇ ਹੁਣ ਅੱਜ ਇੱਥੇ ਕੀ ਕਾਰਵਾਈ ਕੀਤੀ ਜਾਏਗੀ? ਕਾਰਵਾਈ ਹੁਣ ਉਹਨਾਂ ਨੇ ਕਰਤੀ ਆ, ਕੈਪੀਟਲ ਹਸਪਤਾਲ ਦੇ ਵਿੱਚ ਜਾ ਕੇ ਉਹਨਾਂ ਦੇ ਪਹੁੰਚਾਤੇ ਆ, ਉੱਥੇ ਮਾਤਾ ਸੀਰੀਅਸ ਆ ਅਤੇ ਜਿਹੜੇ ਦੋ ਆ ਉਹ ਡੈਥ ਹੋ ਗਈ, ਉਹਨਾਂ ਦੀ ਤਾਂ ਜਮ੍ਹਾਂ ਕਰਵਾਉਂਦੇ ਹਨ, ਸਵੇਰੇ ਕਾਰਵਾਈ ਕੀਤੀ ਜਾਏ। ਸਰ, ਤੁਹਾਡਾ ਨਾਮ ਕੀ ਹੈ? PSA ਪਰਮ। ਥਾਣਾ ਕਿਹੜਾ ਪੈਂਦਾ ਸਰ? ਥਾਣਾ ਪੋਪਲ ਪੁਆਇੰਟ।